ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਵੀ ਅਤਵਾਲ ਵੇਲੇ ਨੁਕਸਾਨ ਹੋਇਆ ਉਹਨਾਂ ਪਰਿਵਾਰਾਂ ਦੇ ਨਾਲ ਮੈਂ ਗੱਲਬਾਤ ਕਰਕੇ ਦੁਨੀਆ ਦੇ ਸਾਹਮਣੇ ਉਹ ਸਚਾਈ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਮੇਰੇ ਕੋਲ ਦੋਨੋਂ ਪੱਖ ਨੇ ਜੇ ਪੁਲਿਸ ਨੇ ਨੁਕਸਾਨ ਕੀਤਾ ਉਹ ਵੀ ਆਪਾਂ ਸਾਂਝਾ ਕਰਾਂਗੇ ਤੇ ਜਿੱਥੇ ਕਿਤੇ ਅਤਵਾਦ ਨੇ ਨੁਕਸਾਨ ਕੀਤਾ ਉਹ ਵੀ ਮੈਂ ਸੰਝ ਕਰ ਰਿਹਾ ਕੁਝ ਹਿੰਦੂ ਪਰਿਵਾਰਾਂ ਦੀਆਂ ਸਟੋਰੀਆਂ ਆਪਾਂ YouTube ਚੈਨਲ ਤੇ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ ਤੇ ਹੋਰ ਬੜੀਆਂ ਸਟੋਰੀਆਂ ਆ ਰਹੀਆਂ ਨੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਉਹਦੀ ਆਪਾਂ ਇੱਕ ਬੁੱਕ ਛਪਾਉਣੀ ਹੈ ਤੇ ਬਹੁਤ ਵੱਡਾ ਕਹਿ ਲਈ ਹੁੰਗਾਰਾ ਉਹਨਾਂ ਪਰਿਵਾਰਾਂ ਵੱਲੋਂ ਮਿਲਿਆ ਜਿਨ੍ਹਾਂ ਦੇ ਨਾਲ ਇੱਕ ਕਟਨਾ ਕਰਮ ਹੋਇਆ ਮੈਂ ਇੱਕ ਬੇਨਤੀ ਇਥੇ ਇੱਕ ਇਹ ਕਰਨੀ ਹੈ ਕਿ ਅਤਵਾਦ ਵਾਲੇ ਦੀਆਂ ਕੁਝ ਕਤੀੜਾਂ ਜਾਉਂਦੀਆਂ ਨੇ ਉਹ ਕੁਝ ਇੰਡੀਆ ਵਿੱਚ ਵੀ ਹੈਗੀਆਂ ਨੇ ਤੇ ਕੁਝ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਵੀ ਹੈਗੀਆਂ ਨੇ ਤੇ ਜਦੋਂ ਕਿਤੇ ਵੀਡੀਓ ਉਹ ਸੁਣਦੇ ਨੇ ਉਹਨਾਂ ਦਾ ਨਾਮ ਵਿੱਚ ਆਉਂਦਾ ਹੈ ਉਹ ਧਮਕੀ ਦੇਣ ਦੇ ਕੇ ਕਹਿੰਦੇ ਆ ਕਿ ਤੁਸੀਂ ਇਹ ਵੀਡੀਓ ਡਿਲੀਟ ਕਰੋ ਇਹ ਸਟੋਰੀ ਗਲਤ ਹੈ ਗਲਤ ਤਾਂ ਹੈ ਕਿਉਂਕਿ ਉਹਦਾ ਨਾਂ ਆਉਂਦਾ ਇਹਦੇ ਵਿੱਚ ਕਈ ਕਹਿਣਗੇ ਅਸੀਂ ਮਾਨਵ ਹਨੀ ਦਾ ਕੇਸ ਕਰਾਂਗੇ ਇੱਕ ਮੈਂ ਸੁਖਵਿੰਦਰ ਦਾका ਕਰਕੇ ਨਾਂ ਲਿਆ ਸੀ ਉਹਦਾ ਵੀ ਮੈਨੂੰ ਫੋਨ ਆਇਆ ਸੀ ਕਹਿੰਦਾ ਮੇਰਾ ਨਾਂ ਤੁਸੀਂ ਢਿਲਮਾ ਬਸਕਣ ਦੇ ਵਿੱਚ ਕਿਉਂ ਲੈਤਾ ਮੈਂ ਤਾਂ ਹੈ ਨਹੀਂ ਸੀ ਮੈਂ ਕੇਸ ਕਰੂੰਗਾ ਕਰੋ ਜਿੱਥੇ ਮਰਜੀ ਜਾਓ ਹਾਈ ਕੋਰਟ ਜਾਓ ਸੁਪਰੀਮ ਕੋਰਟ ਜਾਓ ਜੂ ਐਨ ਅਮਰੀਕਾ ਦੇ ਵੀ ਜਾ ਕੇ ਕੇਸ ਕਰੋ ਜਿੱਥੇ ਕਰਨਾ ਕਰੋ ਪ੍ਰੋਬਲਮ ਤੇ ਤੁਹਾਨੂੰ ਇਹ ਆ ਅੱਗ ਨੂੰ ਤੁਹਾਡੀ ਪੂਛ ਨੂੰ ਅੱਗ ਤਾਂ ਲੱਗਦੀ ਹੈ ਕਿਉਂਕਿ ਤੁਹਾਡੇ ਨਾਮ ਦੇ ਵਿੱਚ ਅਸੀਂ ਤਾਂ ਨਾਂ ਲਾਵਾਂਗੇ ਭਾਈ ਜਿਹੜੀਆਂ ਕਰਤੂਤਾਂ ਤੁਸੀਂ ਕੀਤੀਆਂ ਨੇ ਅਮਰੀਕਾ ਤਾਂ ਕੁਝ ਬੈਠੇ ਐ ਕਹਿੰਦੇ ਵੀਡੀਓ ਡਿਲੀਟ ਕਰ ਦੇ ਨਹੀਂ ਕਰਦੇ ਕਰਵਾ ਕੇ ਦੇਖ ਲੋ ਕਰੋ ਕਿਥੇ ਸ਼ਿਕਾਇਤ ਕਰਨੀ ਹੈ ਜਿੱਥੇ ਜਾਣਾ ਜਾਓ ਕਿਨੂੰ ਡਰਉਣ ਲੱਗਿਓ ਕਿਨੂੰ ਡਰਉਣ ਲੱਗਿਓ ਅਸੀਂ ਡਰਨਾ ਕਿਤੇ ਕਾਹਦੇ ਲਈ ਡਰਨੇ ਭਾਈ ਜਦੋਂ 30 ਭਿੰਡਰਾਂ ਵਾਲੀ ਕਤੀੜ ਤੋਂ ਨਹੀਂ ਅਸੀਂ ਡਰੇ ਤੋਥੋ ਕੀ ਡਰਨਾ ਅਸੀਂ ਜਿਹਦੀਆਂ ਵੀ ਲੱਤਾਂ ਭਾਰ ਚੱਲਦੀਆਂ ਨੇ ਨਾ ਉਹ ਆਪਣੀ ਓरिजिनल ਐਡੀਟ ਤੋਂ ਫੋਨ ਕਰਿਆ ਕਰਨਾ ਠੀਕ ਐਡੀਟਿਆਂ ਤੋਂ ਫੋਨ ਨਾ ਕਰਨਾ ਜੇ ਚੈਲੰਜ ਕਰਦੇ ਆਓ ਇੰਡੀਆ ਬੈਠ ਕੇ ਸਾਹਮਣੇ ਗੱਲ ਕਰੋ ਤੁਸੀਂ ਬੇੜਾ ਕਰ ਕੀਤਾ ਨਹੀਂ ਪੰਜਾਬ ਦਾ ਸਿੱਖ ਕੌਮ ਨੂੰ ਮਰਵਾਇਆ ਨਹੀਂ ਤੁਸੀਂ ਹੁਣ ਵੀ ਮਰਵਾਉਣਾ ਚਾਹੁੰਦੇ ਹੋ ਮੈਂ ਇੱਕ ਬੇਨਤੀ ਕਰਨੀ ਹੈ ਬੜੇ ਪਿਆਰ ਦੇ ਨਾਲ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਬੜਾ ਨਿਮਾਣਾ ਹੋ ਕੇ ਬੇਨਤੀ ਕਰਦਾ ਬੇਨਤੀ ਸ਼ਬਦ ਜਿਹੜਾ ਨਾ ਉਹ ਸਾਮਨੇਦਾਰ ਬੰਦਾ ਕਰਦਾ ਹੁੰਦਾ ਅਸੀਂ ਤੁਹਾਡੇ ਮੈਨੂੰ ਗਾਲਾਂ ਨਹੀਂ ਕੱਢਦੇ ਬੇਨਤੀ ਇਹ ਕਰਨੀ ਹੈ ਵੀ ਜਿੱਥੇ ਜ਼ੋਰ ਲਾਉਣਾ ਲਾਓ ਜਿੱਥੇ ਕੇਸ ਕਰਨਾ ਕਰੋ ਜੋ ਕੁਝ ਬਾਪਰੇ ਅਤਵੰਦ ਵੇਲੇ ਮੈਂ ਉਹ ਦੁਨੀਆ ਦੇ ਸਾਹਮਣੇ ਲੈ ਕੇ ਆਉਂਗਾ ਜਿੱਦਾ ਮਰਜ਼ੀ ਨਾ ਆ ਜੇ ਮੈਂ ਤੁਸੀ ਰੋਕ ਨਹੀਂ ਸਕਦੇ ਇਹ ਉਦੋਂ ਹੀ ਸੀ ਏਕਾ 47 ਦੇ ਜੋਰ ਨਾਲ ਲੋਕਾਂ ਨੂੰ ਡਰਾ ਲਿਆ ਅਸੀਂ ਚੂੜੀਆਂ ਪਾ ਕੇ ਬੈਠੇ ਹਾਂ ਜੇ ਹਿੰਮਤ ਹੈਗੀ ਆ ਤਾਂ ਬਾਹਰ ਦੇ ਮੂਹਰੇ ਨੰਨ ਕੇ ਦਿਖਾਓ ਫਿਰ ਦੱਸਾਂ ਕਿਹੜੇ ਭਾਗਿਕ ਦੀ ਹੈ ਮੈਂ ਬੇਨਤੀ ਉਹਨਾਂ ਲੋਕਾਂ ਨੂੰ ਕਰਨੀ ਹੈ ਵੀ ਇਹ ਲੋਕ ਜਿਵੇਂ ਪਹਿਲਾਂ ਗੁੰਡਾਗਰਦੀ ਕਰਦੇ ਸੀ ਹੁਣ ਵੀ ਕਰਨੀ ਚਾਹੁੰਦੇ ਆ ਪਰ ਹੋਣ ਨਹੀਂ ਦਿਆਂਗੇ ਜਿਦੇ ਨਾਂ ਵੀ ਕੋਈ ਘਟਨਾ ਕਰਮ ਹੋਇਆ ਉਹ ਖੁੱਲ ਕੇ ਦੱਸੋ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਅੱਛਾ ਇਹਨਾਂ ਵਿੱਚ ਮੈਂ ਤੁਹਾਨੂੰ ਕਰਤੂ ਦੱਸਦਾ ਇੱਕ ਇਹ ਬੰਦੇ ਹੁਣ ਤੜਫਦੇ ਕਿਉਂ ਨੇ ਇਹਨਾਂ ਵਿੱਚ ਕੁਝ ਉਹ ਬੰਦੇ ਆ ਜਿਨ੍ਹਾਂ ਨੇ ਅਤਵਾਦ ਦੇ ਸਮੇਂ ਵਿੱਚ ਕਰੋੜਾਂ ਰੁਪਇਆ ਇਕੱਠਾ ਕਰਕੇ ਵੱਡੇ ਵੱਡੇ ਘਰ ਬਣਾਏ ਆਪਣੇ ਵੱਡੇ ਵੱਡੇ ਕਾਰੋਬਾਰ ਕਰ ਲਏ ਜ਼ਮੀਨਾਂ ਖਰੀਦ ਲਈਆਂ ਪੈਟਰੋਲ ਪੰਪ ਲਾ ਕੇ ਬਹਿ ਗਏ ਤੇ ਕੁਝ ਲੁੱਟਖੋਟ ਕਰਕੇ ਫੋਰਨ ਕੰਟਰੀ ਵਿੱਚ ਜਾ ਕੇ ਪਿਆਰ ਲੈ ਕੇ ਬਹਿ ਗਏ ਉਹ ਲੋਕ ਨੇ ਮੈਂ ਪੰਜਾਬ ਦੇ ਵਿੱਚ ਰਹਿਣਾ ਪੰਜਾਬ ਦੇ ਵਿੱਚ ਹੀ ਰਹੂੰਗਾ ਤੇ ਪੰਜਾਬ ਦੇ ਵਿੱਚ ਬੈਠ ਕੇ ਹੀ ਇਹ ਗੱਲ ਕਰੂੰਗਾ ਜਿਹਦੇ 'ਚ ਹਿੰਮਤ ਹੈਗੇ ਤਾਂ ਰੋਕ ਕੇ ਦਿਖਾਓ ਕਰ ਲਓ ਜਿੱਥੇ ਗੱਲ ਕਰਨੀ ਹੈ। ਸ਼ਰਿਆਂ ਫੋਨ ਨੰਬਰ ਮੈਂ ਬੋਲਿਆ ਹੋਇਆ 90562 55202 ਗੱਲ ਕਰ ਲਿਓ। ਜਿਹੜੀਆਂ ਗੱਲਾਂ ਕਰ ਰਹੇ ਹਾਂ ਜਵਾਬ ਦੇ ਦਿਓ। ਸਾਡੀ ਕੌਮ ਦੀ ਤੁਸੀਂ ਕਤੀੜਾ ਨੇ ਥਾਂ-ਥਾਂ ਤੇ ਥੂਥੂ ਕਰਵਾਈਏ। ਬਾਬੇ ਨਾਨਕ ਨੇ ਉਹ ਕੌਮ ਬਣਾਈ ਜਿਹੜੀ ਵਿਚਾਰਧਾਰਾ ਵਾਲੀ ਕੌਮ ਹੈ। ਜਿਹੜੀ ਕੌਮ ਸਵਾਲ ਕਰਦੀ ਹੈ ਜਿਹੜੀ ਕੌਮ ਸਵਾਲ ਦਾ ਜਵਾਬ ਦਿੰਦੀ ਹੈ ਉਹ ਕੌਮ ਦੇ ਮੱਥੇ ਤੁਸੀਂ ਅਤਵਾਦ ਦਾ ਕਲੰਕ ਲਾਤਾ ਇੱਕ ਸਮਾਂ ਸੀ ਟ੍ਰੇਨ ਦੇ ਡੱਬੇ ਵਿੱਚ ਇੱਕ ਸਿੱਖ ਬੈਠਾ ਹੁੰਦਾ ਸੀ ਨਾ ਬੇਫਿਕਰੇ ਹੋ ਜਾਂਦੇ ਸੀ ਲੋਕ ਕਿ ਇੱਥੇ ਬੇਟੀਆਂ ਸੇਫ ਨੇ ਤੇ ਤੁਸੀਂ ਕੌਮ ਦੇ ਮੱਥੇ ਤੇ ਕਲੰਕ ਲਾ ਕੇ ਰੱਖਤਾ ਤੁਹਾਡੇ ਕੋਲ ਥੋੜੀ ਔਕਾਤ ਕੀ ਹੈ ਗਾਲਾਂ ਕਢਣੀਆਂ ਨੇ ਗਾਲਾਂ ਸੂਰਮੇ ਕਢਦੇ ਹੁੰਦੇ ਆ ਆਪਣੀ ਜਵਾਨ ਤੋਂ ਗੰਦ ਸਿੰਘ ਬਕਦੇ ਹੁੰਦੇ ਆ ਥੋੜੀ ਔਕਾਤ ਹੈ ਬਸ ਗਾਲਾਂ ਕਢ ਦੇ ਬੂਟਾ ਸਿੰਘ ਨੂੰ ਡਰਾ ਲਓ ਜਿੰਨੀਆਂ ਮਰਜ਼ੀ ਕਢੋ ਰੱਜ ਕੇ ਜਿਹੜਾ ਇੱਕ ਕਢਦਾ ਨਾ ਉਹ ਹਜ਼ਾਰ ਗਾਲ ਕਢੇ ਜਿਹੜਾ ਹਜ਼ਾਰ ਕਢਦਾ ਉਹ ਲੱਖ ਕਢੇ ਜਿਹੜਾ ਲੱਖ ਕਢਦਾ ਉਹ ਕਰੋੜ ਕਢੇ ਪਰ ਬੂਟਾ ਸਿੰਘ ਡਰਨ ਵਾਲਾ ਨਹੀਂ ਖੜਕ ਡੰਡਾ ਦੇ ਕੇ ਹਟੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ